ਕਾਂਦਲਾ ਮੰਡੀ ਦਾ ਜਨਾਬ ਅਸੀਂ ਵਿਜ਼ਿਟ ਕਰ ਰਹੇ ਜੇ ਤੇ ਮੰਡੀ ਦੇ ਵਿੱਚ ਅਸੀਂ ਤੁਹਾਨੂੰ ਜਾਨਵਰ ਦਿਖਾਉਣੇ ਆ ਕਿ ਮੰਡੀ ਦੇ ਵਿੱਚ ਜਾਨਵਰ ਕਿਸ ਤਰ੍ਹਾਂ ਦੇ ਨੇ ਔਰ ਉਹਨਾਂ ਦੀਆਂ ਕੀ ਕੀਮਤਾਂ ਵਗੈਰਾ ਕੀ ਨੇ ਤੇ ਲਓ ਜਨਾਬ ਮਾਸ਼ਾਅੱਲਾ ਇਹ ਘੋੜਾ ਤੁਹਾਡੇ ਸਾਹਮਣੇ ਤੇ ਤੁਹਾਡਾ ਵੀਰ ਜੀ ਕੀ ਨਾਮ ਕੀ ਤੁਹਾਡਾ ਨਾਮ ਜੀ ਰਾਣਾ ਅਲੀ ਸ਼ਾਨ ਤੇ ਵੀਰ ਜੀ ਆਪਣਾ ਕੋਈ ਐਡਰੈਸ ਵਗੈਰਾ ਕੋਈ ਪਿੰਡ ਵਗੈਰਾ ਐਡਰੈਸ ਜੀ ਤਹਿਸੀਲ ਮੈਲਸੀ ਜ਼ਿਲ੍ਹਾ ਵਿਹਾੜੀ ਜ਼ਿਲ੍ਹਾ ਫਤਿਹਪੁਰ ਤੇ ਇੱਕੋ ਇਹ ਜਾਨਵਰ ਤੁਸੀਂ ਖਰੀਦਿਆ ਜਾਂ ਵੇਚਣਾ ਜੀ ਖਰੀਦਿਆ ਕਿਸ ਸ਼ੌਕ ਵਾਸਤੇ ਹਲੇ ਤਾਂ ਬੱਚਾ ਮੈਨੂੰ ਲੱਗਦਾ ਚੜ੍ਹਨ ਵਾਸਤੇ ਖਰੀਦਿਆ ਚੜ੍ਹਨ ਵਾਸਤੇ ਤੇ ਕਿੰਨੇ ਕੁ ਦਾ ਲਿਆ ਜੇ ਜੀ 2,40,000 2,40,000 ਦਾ ਠੀਕ ਹੈ ਤੇ ਮੂੰਹ ਕੀ ਹੈਗਾ ਚੌਗਾ ਚੌਗਾ ਹੋ ਗਿਆ ਬੱਚਾ ਹੀ ਆ ਛੱਗਾ ਜਵਾਨ ਤੇ ਚੜ੍ਹਨ ਵਾਸਤੇ ਲਿਆ ਜੇ ਤੁਸੀਂ ਚੜੋਗੇ ਚੜਾਂਗੇ ਤੁਸੀਂ ਚੜੋਗੇ ਹਾਂਜੀ ਅਸੀਂ ਚੜਾਂਗੇ ਤੇ ਇਹਦਾ ਕੱਦ ਕਿੰਨਾ ਕੁ ਵੱਜੇਗਾ ਉਹ ਕੱਦ ਹਾਲੀ ਵੱਜੇਗਾ ਤਕਰੀਬਨ 1 ਗਿੱਠ ਹੁਣ ਤਾਂ ਮੇਰੇ ਖਿਆਲ ਇਹ 5 ਗਿੱਠਾਂ ਹੋਣਗੀਆਂ ਤੇ 6 ਗਿੱਠਾਂ ਦੇ ਵਿੱਚ ਤਾਂ ਇੰਨੀ ਹਾਈਟ ਹੀ ਨਹੀਂ ਹੋਣੀ ਤੁਹਾਡੀ ਤਾਂ ਲੱਤਾਂ ਨਾਲ ਲੱਗਣਗੀਆਂ ਖੁੱਚ ਜੇ ਨਹੀਂ ਲੱਗਦੀਆਂ ਇਨਸ਼ਾਅੱਲਾ ਇਹਨੂੰ ਖਵਾਵਾਂਗੇ ਤਾਂ ਇਹ ਘੋੜਾ ਬਣੇਗਾ ਜੀ ਤੇ ਲਓ ਜਨਾਬ ਮਾਸ਼ਾਅੱਲਾ ਕਬੂਤਰ ਹੈ ਜੀ ਕਬੂਤਰ ਅੱਛਾ ਜੀ ਲਓ ਜਨਾਬ ਵਿਹਾੜੀ ਤੋਂ ਆਏ ਨੇ ਮੇਰੇ ਦੋਸਤ ਜਾਨਵਰ ਖਰੀਦਣ ਵਾਸਤੇ ਤੇ ਮਹਿਲ ਸਿੰਘੋਂ ਤੇ ਕਿੰਨੇ ਦਾ ਜਨਾਬ ਲਿਆ ਜੇ 2,40,000 ਦਾ ਲਓ ਜੀ 2,40,000 ਰੁਪਏ ਦਾ ਲਿਆ ਜੇ ਚੜ੍ਹਨ ਵਾਸਤੇ ਤੇ ਤੁਸੀਂ ਘੋੜਾ ਦੇਖੋ ਤੁਹਾਨੂੰ ਸ਼ੌਕ ਕਰਾਉਣ ਲੱਗਿਆ ਜੇ ਹਾਈਟ ਥੋੜ੍ਹੀ ਜੀ 5 ਕੁ ਗਿੱਠਾਂ ਹੈਗੀ ਹੈ ਇਹਦੀ ਤੇ ਇਹ ਬੰਦਾ ਹੈਗਾ ਜੀ ਕਾਫੀ ਸਾਡੇ ਸ਼ੌਕੀਨ ਜਿਹੜੇ ਹਜ਼ਰਾਤ ਨੇ ਉਹ ਜਨਾਬ ਇੱਥੇ ਮੰਡੀ ਦੇ ਉੱਤੇ ਆਏ ਹੋਏ ਨੇ ਔਰ ਜਾਨਵਰ ਜਿਹੜਾ ਉਹ ਖਰੀਦਣਾ ਚਾਹੁੰਦੇ ਤੁਹਾਨੂੰ ਪਤਾ 2 ਹੀ ਅੱਛੀਆਂ ਔਰ ਵੱਡੀਆਂ ਮੰਡੀਆਂ ਹੈਗੀਆਂ ਨੇ ਅਮੀਨਪੁਰ ਬੰਗਲਾ ਤੇ ਧਾਂਦਲਾ ਉਸ ਤੋਂ ਬਾਅਦ ਜਨਾਬ ਗੁਜਰਾਤ ਹੈ ਲੇਕਿਨ ਗੁਜਰਾਤ ਜਿਹੜੀ ਹੈ ਉਹ ਇਸ ਕੈਟਾਗਰੀ ਦੇ ਜਾਨਵਰ ਨਹੀਂ ਆਉਂਦੇ ਕਿਤੇ ਕਿਤੇ ਆ ਜਾਣ ਜੇ ਆ ਜਾਣ ਤੇ ਲਓ ਜਨਾਬ ਅੱਛਾ ਜਨਾਬ ਤੁਸੀਂ ਇਹ ਦੱਸੋ ਕਿੰਨੇ ਕੁ ਅਰਸੇ ਤੋਂ ਤੁਸੀਂ ਘੋੜਿਆਂ ਦੇ ਨਾਲ ਵਿਵਸਥਾ ਜੇ ਸਾਨੂੰ ਹੋ ਗਏ ਜੀ 10-12 ਸਾਲ 10-12 ਸਾਲ ਹੋ ਗਏ ਨੇ ਗਾਵਾਂ ਵੀ ਰੱਖੀਆਂ ਹੋਈਆਂ ਨੇ ਸਾਡੇ ਤੇ ਘੋੜੇ ਦਾ ਸ਼ੌਕ ਤੁਹਾਨੂੰ ਸ਼ੁਰੂ ਤੋਂ ਹੀ ਸਾਡੇ ਪਿਓ ਦਾਦੇ ਦਾ ਸ਼ੌਕ ਹੈ ਚੜ੍ਹਨ ਦਾ ਅੱਛਾ ਇਹਦਾ ਤੁਸੀਂ ਇਹ ਦੱਸੋ ਕਿ ਇਹਦੀ ਖੁਰਾਕ ਜਿਹੜੀ ਅੱਛੀ ਹੈ ਹਾਂਜੀ ਉਹ ਕੀ ਪਾਣਾ ਚਾਹੀਦਾ ਇਹਨੂੰ ਖੁਰਾਕ ਖੁਰਾਕ ਤਾਂ ਜੇ ਪਾਓ ਤਾਂ ਬੰਦੇ ਨਾਲੋਂ ਵੀ ਚੰਗਾ ਖਾਂਦਾ ਜੀ ਇਹਦੇ ਥੱਲੇ ਸੁੱਕਾ ਕਰੋ ਆਓ ਜਵਾਓ ਸਵੇਰੇ ਇਹਦਾ ਮੂੰਹ ਦੋ ਤੇ ਇਹਦੀ ਖੁਰਾਕ ਹੈ ਜੀ ਛੋਲਾ ਦਾਣਾ ਡਾਲਾ ਹੋ ਗਿਆ ਸਭ ਘਾਹ ਹੋ ਗਿਆ ਇਹ ਚੀਜ਼ਾਂ ਦੀ ਖੁਰਾਕ ਹੈ ਸੁੱਕਾ ਘਾਹ ਵੀ ਪਾ ਦੇਣਾ ਚਾਹੀਦਾ ਸੁੱਕਾ ਤੂੜੀ ਹੋਵੇ ਜੀ ਉਹਦੇ ਵਿੱਚ ਫਿਰ ਡਾਲਾ ਛਾਲਾ ਤੇ ਉਹ ਛੋਲੇ ਛੋਲੇ ਪਾਣੇ ਪੈਣੇ ਠੀਕ ਹੈ ਤੇ ਇਹ ਤੁਸੀਂ ਇਹ ਦੱਸੋ ਕਿ ਇਹਦੇ ਹੁਣ ਤੁਸੀਂ ਕਹਿ ਰਹੇ ਜੇ ਕਹਿੰਦੀ ਹਾਈਟ ਜਿਹੜੀ ਹੈ ਘੱਟ ਹੈ ਹੁਣ ਹਾਈਟ ਵੱਧ ਜਾਏਗੀ ਹਾਈਟ ਵਾਸਤੇ ਕੋਈ ਮਖਸੂਸ ਖੁਰਾਕ ਹੈ ਜਾਂ ਕੋਈ ਦਵਾਈ ਹੈ ਜਾਂ ਕੀ ਹੈ ਖੁਰਾਕ ਸ਼ੁਰਾਕ ਰਜਾਵਾਂਗੇ ਤਾਂ ਇਨਸ਼ਾਅੱਲਾ ਇਹ ਕੱਟ ਜਾਏਗਾ ਹਾਂਜੀ ਕੱਦ ਕਰ ਜਾਏਗਾ ਤੇ ਤੁਸੀਂ ਕੀ ਸਮਝਦੇ ਜੇ ਕਿ ਜਾਇਜ਼ ਮਿਲ ਗਿਆ ਤੁਹਾਨੂੰ 2,40,000 ਰੁਪਏ ਦਾ ਹਾਂਜੀ ਬਸ ਜ਼ਿਆਦਾ ਨਹੀਂ ਕੀਮਤ ਹੈ ਤਾਂ ਮਹਿੰਗਾ ਲੇਕਿਨ ਕੀ ਕਰੀਏ ਜਨਾਵਰ ਕੋਈ ਪਸੰਦ ਨਹੀਂ ਆਇਆ ਜਾਨਵਰ ਕੋਈ ਪਸੰਦ ਨਹੀਂ ਆਇਆ ਇਹੀ ਪਸੰਦ ਆਇਆ ਜੀ 2,40,000 ਰੁਪਏ ਦਾ ਅੱਛਾ ਇੱਕ ਨਵਾਂ ਬੰਦਾ ਮੰਡੀ ਦੇ ਵਿੱਚ ਆਉਂਦਾ ਕੀ ਦੇਖੇ ਜਾਨਵਰ ਨਵਾਂ ਬੰਦਾ ਤਾਂ ਜੀ ਬਸ ਮੁਕੱਦਰ ਹੀ ਅਜ਼ਮਾਉਂਦਾ ਨਹੀਂ ਮੁਕੱਦਰ ਤਾਂ ਅਜ਼ਮਾਉਂਦਾ ਉਹ ਗੱਲ ਤੁਹਾਡੀ ਠੀਕ ਹੈ ਤੇ ਇਹ ਤਾਂ ਮੰਡੀ ਹੈ ਨਾ ਜੀ ਤੇ ਮੰਡੀ ਦੇ ਵਿੱਚ ਤਾਂ ਆਮ ਮਸ਼ਹੂਰ ਹੈਗਾ ਕਿ ਮੰਡੀ ਹੈ ਮੰਡੀ ਚ ਹਰ ਕਿਸਮ ਦਾ ਬੰਦਾ ਕਿਵੇਂ ਬਚਿਆ ਜਾਂਦਾ ਸਮਝਦਾਰ ਬੰਦੇ ਕਿਸੇ ਨੂੰ ਲੈ ਕੇ ਆਓ ਤਾਂ ਮੰਡੀ ਦੇ ਵਿੱਚੋਂ ਜਾਨਵਰ ਤੁਸੀਂ ਲੈਣ ਵਾਸਤੇ ਕਾਮਯਾਬ ਹੋ ਸਕਦੇ ਜੀ ਜੇਕਰ ਤੁਸੀਂ ਇਕੱਲੇ ਆਏ ਤਾਂ ਫਿਰ ਵਪਾਰੀਆਂ ਦੇ ਉੱਤੇ ਚੜ੍ਹ ਜਾਓਗੇ ਤੇ ਫਿਰ ਇੱਥੇ ਪੈਸੇ ਦੇ ਕੇ ਜਾਓਗੇ ਤੇ ਲਓ ਜਨਾਬ ਮਾਸ਼ਾਅੱਲਾ ਅੱਗੇ ਵਧਨੇ ਆ ਜੀ ਬਿਸਮਿਲ੍ਲਾ ਥੋੜੇ ਜਿਹਾ ਸਾਈਡ ਤੇ ਜੀ ਹੋਰ ਵੀ ਇੱਥੇ ਜਾਨਵਰ ਜਿਹੜੇ ਹੈਗੇ ਨੇ ਮੈਂ ਤੁਹਾਨੂੰ ਦਿਖਾਉਂਦਾ ਪਿਆ ਦਰਖਤਾਂ ਦੇ ਨਾਲ ਜਿਹੜੇ ਹੈਗੇ ਨੇ ਉਹ ਬੰਨੇ ਹੋਏ ਨੇ ਇਹਨਾਂ ਦੀਆਂ ਕੀਮਤਾਂ ਵਗੈਰਾ ਅਕਸਰ ਜਿਹੜੇ ਹੁੰਦੇ ਨੇ ਵਪਾਰੀ ਉਹ ਵੀ ਜਾਨਵਰ ਇੱਥੇ ਦਰਖਤਾਂ ਦਰੁੱਖਤਾਂ ਦੇ ਨਾਲ ਬੰਨ ਜਾਂਦੇ ਨੇ ਕਿੰਦਾ ਕਿੰਦਾ ਯਾਰ ਇਹ ਤੁਹਾਡਾ 2 ਹੀ ਲਾਇਆ ਜੇ ਮਾਸ਼ਾਅੱਲਾ ਫਿਰ ਤਾਂ ਮੈਨੂੰ ਲੱਗਦਾ ਤੁਸੀਂ ਵਪਾਰੀ ਵਪਾਰ ਕਰੋਗੇ ਤੇ ਇਹ ਕਿੰਨੇ ਦਾ ਜਨਾਬ ਲਿਆ ਜੇ ਅੱਛਾ ਜਨਾਬ ਇਹ ਕਿੰਨੇ ਦਾ ਲੈ ਲਿਆ ਜੇ
ਇਹ ਕਿੰਨੇ ਦਾ ਲਿਆ ਜੇ ਸਾਵਾ? ਹਾਂਜੀ, ਮੈਂ ਕਿਹਾ ਇਹ ਕਿੰਨੇ ਕੁ ਦਾ ਲਿਆ ਜੇ? ਲੱਖ ਰੁਪਏ। ਸਹੀ ਹੋਇਆ ਘੋੜੇ ਦੋਵੇਂ? ਸਹੀ। ਤੇ ਇਹ ਕਹਿ ਲਿਆ ਜੇ? ਅੱਛਾ, ਨਹੀਂ ਇਹ ਵੀ ਸਹੀ, ਉਹ ਵੀ ਸਹੀ। ਠੀਕ ਹੈ ਸਰ। ਲਓ ਜਨਾਬ, ਮਾਸ਼ਾਅੱਲਾ ਜਾਨਵਰ ਖੜੇ ਹੋਏ ਨੇ, ਲੇਕਿਨ ਜਿਹੜੇ ਹੈਗੇ ਨੇ ਤੁਹਾਡੇ 'ਚ ਕੋਈ ਇੱਥੇ ਮਾਲਕ ਕੋਲ ਖੜਾ ਹੋਵੇ ਤਾਂ ਦੱਸੋ ਯਾਰ। ਆਓ ਫਿਰ, ਕਿੰਨੇ ਪੈਸੇ ਦੇ? ਘੋੜੇ ਦੇ ਨਾਲ ਤਾਂ ਹੋ, ਅੱਲਾ ਦੇ ਬੰਦੇ, ਮੈਂ ਕੋਈ ਚੱਕ ਵੱਢਦਾ ਪਿਆ। ਲਓ ਜੀ, 50,000 ਰੁਪਏ ਦੀ ਇਹ ਲਈ ਜੇ। ਤੇ ਕਿਸ ਵਾਸਤੇ ਜਨਾਬ ਲਈ ਹੈ? ਕੰਮ ਕੀ, ਰੇੜੇ ਦੇ ਵਿੱਚ ਪਾਵਣਾ, ਫੇਰੀ ਲਾਵਣੀ, ਕੀ ਕਰਨਾ? ਰੇੜੇ ਦੇ ਵਿੱਚ ਲਾਉਣਾ। ਤੇ ਲੋਕ ਤਾਂ ਅੱਜ ਕੱਲ ਘੋੜੀਆਂ ਵਿੱਚ ਕੋਈ ਰਕਸ਼ੇ ਲਈ ਜਾਂਦੇ ਨੇ। ਰਕਸ਼ਾ ਇਹਦਾ ਮਤਲਬ ਲਿਆ ਸੀ ਪਹਿਲਾਂ? ਯਾਨੀ ਲਿਆ ਸੀ ਤੇ ਸਵਾਦ ਨੀ ਦਿੱਤਾ? ਘੋੜੇ ਪਾਵਣ ਵਾਲੇ ਘੋੜੇ ਲੈਣੇ। ਬਿਲਕੁਲ ਠੀਕ ਹੈ। ਤੇ ਲਓ ਜਨਾਬ, ਕੀ ਨਾਮ, ਕੀ ਆਪਣਾ? ਕੋਈ ਗੱਲ ਨੀ, ਆਪਣੇ ਤੂੰ ਇਹਦੇ ਬੰਨੇ ਧਿਆਨ ਦੇ। ਮੁਮਤਾਜ਼ ਕਿਹੜੇ ਇਲਾਕੇ ਚੋਂ ਆ? ਉਕਾੜੇ ਚੋਂ। ਤੇ 50,000 ਰੁਪਏ ਦੀ ਸਹੀ ਲੱਭ ਗਈ? ਤੂੰ ਕੋਈ ਤੰਗ ਤੁੰਗ ਤਾਂ ਨੀ ਕਰਦੀ ਰੇੜੇ ਰੂੜੇ ਦੇ ਵਿੱਚ? ਉਹਨਾਂ ਜਿਹਨੇ ਕੋਲ ਲਈ ਘੋੜੀ ਉਹਨੇ ਤੈਨੂੰ ਟਰਾਈ ਦਿੱਤੀ ਕਿ ਬਸ ਖਲੋਤੀ ਤਸਵੀਰ ਹੀ ਵੇਚੀ? ਗੱਲ ਦੇ ਇਤਬਾਰ ਤੇ, ਗੱਲ ਤੇ ਇਤਬਾਰ ਕਰਨਾ ਚਾਹੀਦਾ। ਕਹਿੰਦੇ ਨੇ ਜਿੱਥੇ ਜ਼ਿਆਦਾ ਇਤਬਾਰ ਕਰੀਏ ਧੋਖਾ ਵੀ ਉੱਥੇ ਹੀ ਹੁੰਦਾ, ਨਹੀਂ ਹੁੰਦਾ? ਨਹੀਂ, ਉਹ ਤੇਰੀ ਗੱਲ ਠੀਕ ਹੈ। ਦਿਲ ਪੜ ਲੈਣਾ, ਦਿਲ ਪੜ ਲੈਣਾ। ਲਓ ਜੀ, ਦਿਲ ਪੜ ਲੈਂਦਾ ਜੀ। ਲਓ ਜਨਾਬ, ਪਹਿਲਾ ਬੰਦਾ ਜਿਹੜਾ ਕਹਿੰਦਾ ਮੈਂ ਦਿਲ ਪੜ ਲੈਣਾ। ਤੇ ਲਓ ਜਨਾਬ, ਮਾਸ਼ਾਅੱਲਾ ਦੇਖਦੇ ਜੀ, ਹੋਰ ਵੀ ਅਸੀਂ ਦੇਖਦੇ ਹਾਂ ਵੀ ਕਿਹੜਾ ਕਿਹੜਾ ਇੱਥੇ ਦਿਲ ਪੜਦਾ। ਇਹ ਦੇਖੋ, ਲਓ ਜੀ, ਵਪਾਰੀ ਲੱਗੇ ਹੋਏ ਜੇ। ਹੈ ਇੱਧਰ ਲੈ ਜੇ ਯਾਰ। ਉਹ ਬੇਟਾ ਗੱਲ ਸੁਣਿਆ ਜਾ, ਇੱਧਰ ਇੱਧਰ ਲੈ ਕੇ ਆ ਯਾਰ। ਕੀ ਨਾਂ ਕੀ ਤੇਰਾ? ਹੈ ਸ਼ਹਿਜ਼ਾਦ ਮਿਰਜ਼ਾ? ਜਨਾਬ ਮਿਰਜ਼ਾ ਸਾਹਿਬ, ਇੱਧਰ ਗੱਲ ਤਾਂ ਸੁਣੋ। ਓ ਹੋ 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 ਯਾਰ, ਲੋੜ ਬਹੁਤ ਏ, ਅੱਲਾ ਦਾ ਬੰਦਾ, ਲੋੜ ਹੀ ਕੋਈ। ਉਧਰ ਵੇਖ, ਉਧਰ ਵੇਖ, ਉਧਰ ਵੇਖ, ਭਰਾਈ ਭਰਾਈ, ਇੱਕ ਮਿੰਟ, ਇੱਕ ਮਿੰਟ ਠਹਿਰ ਜਾ। ਲੜਾਈ ਪੈ ਗਈ ਬਈ, ਲੋ ਜਨਾਬ ਵੇਖੋ, ਵਪਾਰੀ ਦੋਵੇਂ ਲੜ ਪਏ ਜੇ। ਇਧਰ ਹੋਇਆ ਤੇਰਾ, ਹਟ ਕੇ ਪਿੱਛੇ। ਉਹ ਕਿਉਂ ਲੜਦੇ ਪਏ ਜੇ? ਲੋ ਜੀ, ਆ ਵੇਖੋ, ਮੰਡੀ ਦੇ ਵਿੱਚ ਕਿਤੇ ਕਿਤੇ ਐਂ ਵੀ ਹੋ ਜਾਂਦਾ ਜੇ। ਇਹ ਸਾਰੇ ਦੋਸਤ ਮਾਸ਼ਾਅੱਲਾ ਖੜੇ ਨੇ ਸਿਰਫ ਦੇਖਣ ਵਾਸਤੇ, ਛੁਡਵਾਉਣਾ ਕਿਸੇ ਨੇ ਵੀ। ਉਹ ਆਖਣਗੇ ਚਾਰ ਇਧਰੋਂ ਵੱਜਣ ਤੇ ਚਾਰ। ਲੋ ਵੀਰ ਜੀ, ਗੱਲਬਾਤ ਹੋ ਰਹੀ ਹੈ, ਅਸੀਂ ਤੁਹਾਨੂੰ ਜਨਾਬ ਉਹ ਵਿਖਾਣੇ ਆ, ਵਛੇਰਾ ਵਛੇਰੀ ਵਿਖਾਣੇ। ਮੈਂ ਛੱਡਤੀ ਉਹਨੂੰ, ਛੱਡ ਦਿੱਤੀ ਮੈਂ ਲੜਾਈ, ਛੱਡੋ ਪਰਾਂ। ਲੈ ਮਿਰਜ਼ਾ ਇਧਰ ਆ, ਕਿਹੜਾ ਪਿੰਡ ਹੈਗਾ, ਛੱਡ ਦੇ ਹੱਥ ਨਾ। ਮੁਮਜ਼ਮਾਬਾਦ। ਤੇ ਇਹ ਵਛੇਰਾ ਤੂੰ ਲਿਆ ਈ ਸ਼ੌਕ ਵਾਸਤੇ? ਉੱਚੀ ਤਾਂ ਬੋਲ, ਸ਼ੌਕ ਵਾਸਤੇ। ਸ਼ਾਬਾਸ਼। ਤੇ ਤੂੰ ਇਹ ਦੱਸ ਕਿੰਨੇ ਦਾ ਲਿਆ ਈ? ਕਿੰਨੇ ਦਾ ਲਿਆ? 65,000 ਰੁਪਈਆ। ਤਾਂ ਹੁਣ ਇਹਨੂੰ ਪਾਲੇਗਾ? ਪਾਲੇਗਾ ਫੇਰ ਉੱਤੇ ਚੜੇਗਾ? ਹੈ, ਚਲੋ ਸ਼ੁਕਰ ਹੈ ਜੀ। ਲੈ ਥੋੜਾ ਜਿਹਾ ਫੇਰ ਕੇ, ਅਸੀਂ ਫੇਰ ਕੇ ਵਿਖਾ ਕੇ ਯਾਰ, ਸਾਨੂੰ ਸ਼ੌਕ ਕਰਾ ਯਾਰ, ਸ਼ੌਕ ਕਰਾ। 65,000 ਰੁਪਈਆ ਦਾ ਜੀ ਵਛੇਰੀ ਲਈ ਇਹਨੇ। ਤੇ ਵਛੇਰਾ ਚੱਲ ਵੀ, ਵਛੇਰਾ ਬਾਈ, ਲੈ ਵੀ ਮਿਰਦਾ ਲੈ ਕੇ ਚੱਲੇ, ਲੈ ਜਾ ਵੀ ਮਿਰਦਿਆ। ਲਓ ਜੀ, ਇਹ ਚੜੇਗਾ ਜਿੰਦੇ ਤੇ ਮਰਜ਼ੀ ਚੜੇ, ਸਾਨੂੰ ਕੀ। ਲਓ ਜਨਾਬ, ਖੋਤੀ ਤੇ ਲੈ ਕੇ ਤੂੰ ਚੱਲਿਆ? ਹਾਂ, ਤੇ ਇਧਰ ਆ ਨਾ, ਕਿਧਰ ਲੈ ਕੇ ਚੱਲਿਆ? ਆਗੇ ਤੁਹਾਰਾ ਵੀਡੀਓ ਨੀ ਹਮਨੇ ਡਾਲਾ? ਹਾਂ ਹਾਂਜੀ। ਕਿਤਨੀ ਉਮਰ ਹੈ ਇਸਕਾ? 4 ਸਾਲ। ਕਿਤਨਾ ਪੈਸਾ? ਪੈਸਾ ਕਿਤਨਾ? 80,000 ਕਰਨਾ। ਕਿਤਨਾ ਕਾ? 80,000। ਅੱਛਾ, 4 ਸਾਲ ਇਸਕਾ ਉਮਰ ਹੋ ਗਿਆ, 80,000। ਅਸੀਂ ਇਹ ਲਗਾ ਹੁਆ ਹੈ, ਬਿਲਕੁਲ ਲਾਸੀ ਹੈ, ਇੱਕ ਨੰਬਰ ਪਿਓਰ, ਇੱਕ ਲੰਬੀ। ਚਲੋ ਨੰਬਰ ਬਤਾਓ ਆਪਣਾ। 0348। ਹਾਂ ਹਾਂ ਹਾਂ। ਆਪਣਾ ਨਾਮ?
सुलेमान और दिखाओ, ये तुम्हारे पास घोड़ियां बछेरियां? बछेरियां कितने का ये बछेरी? लो जी सुलेमान दे कोल ए बछेरी भी जनाब है जे, ते बछेरी असि तुहानू इंशाल्लाह दिखांदे पै जे ऐल ओ सानू खोती दी फोटो दे के आप भज गए। और ट्रक दी बत्ती मगर ला गया सानू इधर ता। और यार पहला ठीक कोई गल नहीं, रोजी दे है ना जनाब, कोई गल। लो जी सुलेमान दा गाहक आ गया जे, ते सुलेमान दा नंबर तेरे कोले आ गया जे, आ बछेरियां बछूरियां दा किते तुहानू शौक होवे ते बछेरी बछूरी तुसी लै सकदे जे। ए वेखो ए नाल दी बछेरी जनाब, तुसी वेखो ए ले ए। ते कई साडे दोस्तां नू शौक हुंदा कि जे असीं बछेरियां लईए ते पालीए ते पट पट पट्ठे पाईए खालियां तों बन्नियां तों जिथों लभे। ते लो जनाब असीं तुहाडे नू बछेरियां लै के आए, शौक पूरा करो ते बछेरी लो, जिथे बकरे पालदे जे उथे इक घोड़ी भी पालो ते शौक नू वधाओ। माशाल्लाह सोहनी बछेरी है, बछेरी जनाब सोहनी है। ते आपां रेट शेट सुलेमान कोलों पुछ लैने आ कि सुलेमान रेट की हैगा, ते बछेरी वाकई सोहनी है। जे दुआक किधरे हो जावे ना ते इहदा मतलब है कि इहदा कद शायद। सुलेमान इसका कितना पैसा है? इसका हो मंगना हुआ 1,20,000 रुपए। यार बड़ा रेट है तो बछेरी है ना, की बची है ना, इसका 75,000 रुपया मांगना। नहीं इसका उम्र 2 साल है, खीर है अभी, खीर है 2 साल भी नहीं है, 2 साल भी नहीं है। अच्छा तो इसका कितना? इसका 75,000 रुपया। 75,000 लो जनाब, माशाल्लाह 1,20,000 रुपया जनाब सुलेमान मांगता पै जे ए बछेरी का। आ जी बछेरी खड़ी जना, इनका 1,20,000 रुपया जे, मैं उन्होंने कहा कीमत बहुत ज्यादा, वो कहता ये तो हाले खीरी है। तो लो जनाब ए बछेरी वास्ते, तो इस बछेरी का 75,000 रुपया जनाब वो मंगता पिया जे। बछेरा चल बछेरा ही है, मैं थले चढ़ के देखा इन्हें 75,000 रुपया जे। तो सुलेमान को जनाब चिट्टियां खोतियां भी ने, सुलेमान चिट्टी खोती भी है? हाँ चिट्टी खोती भी है। इसका कितना सुलेमान? 85,000। इसका उम्र कितना है? 4 साल है। ये भी लासी है? लासी है। लो जी ये भी लासी है जी। तो लो जनाब माशाल्लाह अगे बाद जनाब।